परिवार दे रूस ने जी। देखो देखो परिवार नूं मैं मिलिया उन्होंने पिता जिहड़े ने तुहानूं पता जिस किस्म के मैंटल शॉक विच ने वो तो कोई गल जुबानी कह ही नहीं कह पा रहे। जिहड़ा नौजवान बच्चा साडा जिहड़ा शहीद होया उहदी बॉडी अजे जिहड़ी है पटियाले मैडिकल कॉलेज दे विच जां राजेंद्र हॉस्पिटल च पई। जिहड़ियां किसान यूनियनस ने गवर्नमेंट नाल डायरैक्टली गल कर रही है, मैं भी अपनी पार्टी वालों आप इत्थे दुख दा इजहार करन वास्ते आया, ये गल दसन वास्ते आया कि समुची किसानी नाल असीं भी खड़े हां, साडी किसानी भी खड़ी। मैं अज दे मुख्यमंत्री भगवंत मान जी नूं मैं इक्को सवाल करना चाहुंदा। मानसा पिछले 7 दिन तो लगातार अनप्रवोक्ड टीयर गैस के शैल बॉम्ब दुनाली दे पैलेट्स जी फायर किए जा रहे हैं। तकरीबन 150 से 200 तो वध साडे किसान वीर साडे नौजवान भरा साडे बजुर्ग जिहड़े ने वो फटड़ पए ने अस्पतालां। तुहाडा हैल्थ मिनिस्टर बयान दिंदा है कि असीं अस्पतालां च पूर्ण प्रबंध कर लिया, उहदा मतलब तुहानूं ਤੁਸੀਂ ਨਿਰੇ ਉਹਨਾਂ ਦੇ ਫੱਟੜ ਹੋਣ ਦਾ ਪ੍ਰਬੰਧ ਕੀਤਾ ਜੀ? ਪੰਜਾਬ ਦੀ ਕਿਸਾਨੀ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਸੇਫਗਾਰਡ ਕਿਹਨੇ ਕਰਨਾ? ਮੈਂ ਪਹਿਲੇ ਪੁੱਛਣਾ ਚਾਹੁੰਦਾ ਮਾਨ ਸਾਹਿਬ, ਤੁਸੀਂ ਮੁੱਖ ਮੰਤਰੀ ਵੀ ਹੋ, ਤੁਸੀਂ ਹੋਮ ਮਿਨਿਸਟਰ ਵੀ ਹੋ, ਪੰਜਾਬ ਦੀ ਟੈਰੀਟਰੀ ਦੇ ਵਿੱਚ ਲਗਾਤਾਰ ਹਰਿਆਣੇ ਦੀ ਪੁਲਿਸ ਫੋਰਸਿਸ ਟੀਅਰ ਗੈਸ ਦੇ ਸ਼ੈਲ ਛੱਡ ਰਹੇ ਨੇ। ਸਾਡਾ ਨੌਜਵਾਨ ਵੀਰ ਇਸੇ ਪਿੰਡ ਦਾ ਜਿਹੜਾ ਸ਼ਹੀਦ ਹੋਇਆ, ਕੀ ਤੁਸੀਂ ਕਿਰਪਾ ਕਰਕੇ ਦੱਸੋ ਕਿ ਕੀ ਤੁਸੀਂ FIR ਲੌਜ ਕੀਤੀ ਕਿਸੇ 'ਤੇ? ਕੀ ਤੁਹਾਡਾ ਫਰਜ਼ ਨਹੀਂ ਸੀ ਤੁਹਾਡੀ ਗਵਰਨਮੈਂਟ ਦਾ ਬਣਦਾ? ਪਹਿਲੀ ਗੱਲ ਤਾਂ ਪੁਲਿਸ ਉੱਥੇ ਅੱਗੇ ਹੋ ਕੇ ਪ੍ਰੋਟੈਕਟ ਕਰਦੀ ਪੰਜਾਬੀਆਂ ਨੂੰ, ਜੇ ਹਰਿਆਣੇ ਦੀ ਪੁਲਿਸ ਉੱਥੋਂ ਫਾਇਰ ਕਰ ਰਹੀ ਸੀ ਸਾਡਾ ਵੀ ਕਾਊਂਟਰ ਜਿਹੜਾ ਫਾਇਰ ਕਰਨਾ ਜ਼ਰੂਰੀ ਬਣਦਾ ਸੀ, ਉਹਨਾਂ ਰੋਕਿਆ ਜਾਂਦਾ। ਟੌਪ ਤੱਕ DG ਨਾਲ ਗੱਲ ਕਰਦਾ, ਹੋਮ ਮਿਨਿਸਟਰ ਨਾਲ ਗੱਲ ਕਰਦਾ, ਇਹ ਕੋਈ ਤੌਰ ਤਰੀਕਾ ਹੈ ਨਹੀਂ? ਅਸੀਂ ਆਪਣੀ ਟੈਰੀਟਰੀ 'ਚ ਹਾਂ। ਪਹਿਲੀ ਗੱਲ ਤਾਂ ਕਿਸੇ ਹਿੰਦੁਸਤਾਨੀ ਨੂੰ ਕੋਈ ਰੋਕ ਨਹੀਂ ਸਕਦਾ, ਜਿੰਨਾ ਚਿਰ ਉਹ ਅਮਨ ਅਤੇ ਸ਼ਾਂਤੀ, ਜਿੰਨਾ ਚਿਰ ਉਹ ਕਾਨੂੰਨ ਆਪਣੇ ਹੱਥ 'ਚ ਨਹੀਂ ਲੈਂਦੇ, ਕੋਈ ਤੁਹਾਡੇ ਕੋਲ ਜਮਹੂਰੀ ਹੱਕ ਹੈ ਤੇ ਆ ਜੋ ਕੁਝ ਹੋਇਆ। ਕਦੀ ਤੁਸੀਂ ਇੱਕ ਆਜ਼ਾਦਾਨਾ ਦੇਸ਼ ਜਿਹਨੂੰ ਲਾਰਜੈਸਟ ਡੈਮੋਕ੍ਰੇਸੀ ਦੁਨੀਆ ਦੀ ਕਹਿੰਦੇ ਹੋ, ਉਹਦੇ ਵਿੱਚ ਤੁਸੀਂ ਕਦੀ ਸੁਣ ਸਕਦੇ ਹੋ? ਜਿਸ ਦੇਸ਼ ਦੀ ਪਹਿਚਾਣ ਮਹਾਤਮਾ ਬੁੱਧ ਦੇ ਨਾਲ, ਜਿਸ ਦੇਸ਼ ਦੀ ਪਹਿਚਾਣ ਮਹਾਤਮਾ ਗਾਂਧੀ ਨਾਲ ਹੋਏ, ਇਸ ਕਿਸਮ ਦਾ ਵਿਵਹਾਰ ਤਾਂ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੀਆਂ ਸਰਕਾਰਾਂ ਕਰਦੀਆਂ ਸੁਣੀਆਂ ਨੇ। ਮੈਂ ਭਗਵੰਤ ਮਾਨ ਨੂੰ ਇਹ ਗੱਲ ਕਹੂੰਗਾ, ਭਗਵੰਤ ਮਾਨ ਜੀ ਤੁਸੀਂ ਫੇਲ ਕੀ ਹੋ ਗਏ ਹੋ ਕੰਪਲੀਟਲੀ। ਪੰਜਾਬ ਦੇ ਕਿਸਾਨਾਂ ਨੂੰ, ਪੰਜਾਬੀਆਂ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਯੂ ਹੈਵ ਕੰਪਲੀਟਲੀ ਫੇਲਡ। ਇਟ ਇਜ਼ ਹਾਈ ਟਾਈਮ ਯੂ ਰਿਜ਼ਾਈਨਡ ਐਜ਼ ਦੀ ਚੀਫ ਮਿਨਿਸਟਰ ਆਫ ਪੰਜਾਬ। ਯੂ ਹੈਵ ਸ਼ੋਨ ਯੂ ਆਰ ਕੰਪਲੀਟਲੀ ਇਨਕੰਪੀਟੈਂਟ। ਤੁਸੀਂ ਬਿਲਕੁਲ ਸਾਬਤ ਕਰ ਦਿੱਤਾ ਨਾ ਤੁਹਾਡੇ ਵਿੱਚ ਚੀਫ ਮਿਨਿਸਟਰ ਦੀ ਕਾਬਲੀਅਤ ਹੈ, ਨਾ ਤੁਹਾਡੇ ਵਿੱਚ ਜਾਣ ਹੈ ਸੈਂਟਰ ਦੇ ਸਾਹਮਣੇ ਖਲੋਣ ਦੀ। ਤੁਸੀਂ ਇੱਕ ਮਿੰਟ, ਤੁਸੀਂ ਵਿਚੋਲੇ ਬਣ ਕੇ ਜਾਂ ਤਾਂ ਕੋਈ ਸਮਝੌਤਾ ਕਰਵਾਉਂਦੇ ਜੋ ਕਿਸਾਨਾਂ ਦੀ ਡਿਮਾਂਡਸ ਨੇ, ਅਤੇ ਜਦੋਂ ਇਹ 4 ਕਾਲੇ ਕਾਨੂੰਨ ਵਾਪਸ ਲਏ ਨੇ ਉਹ ਤਕਰੀਬਨ 35 ਤੋਂ 40 ਸਾਰੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਜਿੰਨੀਆਂ ਸੰਸਥਾਵਾਂ ਸੀ ਇਹਨਾਂ ਦੀਆਂ ਤਾਂ 35-40 ਮੀਟਿੰਗ 'ਚ ਪਹਿਲੇ ਗਵਰਨਮੈਂਟ ਆਫ ਇੰਡੀਆ ਨੇ ਹੋ ਚੁੱਕੀਆਂ ਸੀ। ਤੁਸੀਂ ਭਾਰਤ ਰਤਨਾ ਨਾਲ ਡਾਕਟਰ ਸਵਾਮੀਨਾਥਨ ਜੀ ਨੂੰ ਨਵਾਜਿਆ ਮੋਦੀ ਸਾਹਿਬ, ਅਤੇ ਜਿਹੜਾ ਉਹਨਾਂ ਦਾ ਫਲਸਫਾ ਸੀ C2 ਦਾ ਫਾਰਮੂਲਾ ਸੀ, ਕਿਸਾਨਾਂ ਦੀ ਦੁੱਗਣੀ ਆਮਦਨ ਕਰਦਾ ਫਲਸਫਾ ਸੀ, ਉਹਨੂੰ ਤਾਂ ਤੁਸੀਂ ਮੋਹਰ ਨਹੀਂ ਲਾਈ। ਉਹਨੂੰ ਮੋਹਰ ਲਾਉਂਦੇ ਡਾਕਟਰ ਸਵਾਮੀਨਾਥਨ ਜੀ ਨੂੰ ਭਾਰਤ ਰਤਨਾ ਨਵਾਜਦੇ ਸੀ, ਕਹਿੰਦੇ ਕਿ ਹਿੰਦੁਸਤਾਨ ਦੀ ਕਿਸਾਨੀ ਦਾ ਤੁਸੀਂ ਪੱਖ ਪੂਰਿਆ ਜੀ, ਉਹ ਤੁਸੀਂ ਕੀਤਾ ਕੁਝ ਨਹੀਂ। ਸੋ ਮੈਂ ਇਸ ਟਾਈਮ 'ਤੇ ਵੇਖੋ ਸਮੁੱਚਾ ਪੰਜਾਬ ਅੱਜ ਸਾਰਾ ਪੰਜਾਬੀ ਜਗਤ ਦੁਨੀਆ ਭਰ 'ਚ ਬਹੁਤ ਉਚੇਤ ਹੈ, ਬਹੁਤ ਤਕਲੀਫ ਦੇ ਵਿੱਚ ਹੈ। ਸਾਡੇ ਸਾਰਿਆਂ ਦੇ ਦਿਲ 'ਤੇ ਬਹੁਤ ਗਹਿਰਾ ਇਸ ਗੱਲ ਦਾ ਮੈਂ ਕਹਿੰਦਾ ਜ਼ਖਮ ਹੈ ਕਿ ਉਹ ਕੌਮ ਜਿਹਨੇ ਦੇਸ਼ ਦੀ ਆਜ਼ਾਦੀ ਵਿੱਚ ਸਾਰਿਆਂ ਨੂੰ ਨੁਮਾਇਆ ਰੋਲ ਅਦਾ ਕੀਤਾ, ਜਿਹਨੇ 1962 ਦੀ ਜੰਗ 'ਚ 1948 ਤੋਂ ਹੀ ਸ਼ੁਰੂ ਕਰ ਲਓ ਕਸ਼ਮੀਰ ਜਦੋਂ ਅਸੀਂ ਟੇਕ ਓਵਰ ਕੀਤਾ, ਸਾਡੀਆਂ ਪੰਜਾਬ ਦੀਆਂ ਅਤੇ ਸਿੱਖ ਫੋਰਸਿਸ ਉੱਥੇ ਗਈਆਂ ਕਸ਼ਮੀਰ ਨੂੰ ਬਚਾਉਣ ਵਾਸਤੇ। 1962 ਦੀ ਜੰਗ, 1965 ਦੀ ਜੰਗ, 1971 ਦੀ ਜੰਗ, ਕਾਰਗਿਲ ਦੀ ਲੜਾਈ, ਅਤੇ ਅੱਜ ਦੇ ਦਿਨ ਤੱਕ ਸਾਰੇ ਚੀਨ ਅਤੇ ਪਾਕਿਸਤਾਨ ਅਤੇ ਰਾਜਸਥਾਨ ਦੇ ਬਾਰਡਰਾਂ ਤੱਕ ਸਾਡੇ ਨੌਜਵਾਨ ਬੱਚੇ ਹਰ ਮਹੀਨੇ ਹਿੰਦੁਸਤਾਨ ਦੇ ਨੈਸ਼ਨਲ ਫਲੈਗ ਦੇ ਵਿੱਚ ਲਿਪਟ ਕੇ ਪਿੰਡੋ ਪਿੰਡ ਪਹੁੰਚਦੇ ਨੇ। ਤੁਸੀਂ ਸਾਡੇ ਨਾਲ ਉਹ ਹਸ਼ਰ ਕੀਤਾ ਜਿਹੜੇ ਕੋਈ ਵਿਰੋਧੀ ਅਤੇ ਦੁਸ਼ਮਣ ਵੀ ਨਹੀਂ ਕਦੀ ਕਰ ਸਕਦੇ। ਕੰਪਲੀਟ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਈ ਹੈ, ਚੀਫ ਮਿਨਿਸਟਰ ਹੈਜ਼ ਕੰਪਲੀਟਲੀ ਫੇਲਡ। ਮੈਂ ਉਹਨੂੰ ਚਾਹੂੰਗਾ ਕਿ ਜੇ ਤੁਸੀਂ ਇੰਨਾ ਦਮ ਨਹੀਂ ਰੱਖਦੇ ਰਿਜ਼ਾਈਨ ਕਰੋ, ਕਿਉਂਕਿ ਜਿਹੜਾ ਮਨਸੂਬਾ ਸੈਂਟਰ ਦਾ ਲੱਗਦਾ, ਸਾਨੂੰ ਸੈਂਟਰ ਦਾ ਮਨਸੂਬਾ ਪੰਜਾਬ ਦੇ ਵਿੱਚ
इस किस्म के मैनू लग रहा हालात पैदा कर रहा कि इतने राष्ट्रपति राज आते टाइम ला सकन, क्योंकि अनप्रवोक्ड पंजाब की टैरिटरी से 200-250 मीटर कुस के साडे नौजवान बत्तियां नू मारिया जाए, फटड़ किया जाए, लत्तां तोड़ियां जाण। ईवन इत्थों तक मैनूं पता लगा बोरियां च पा के चंद बंदे इन्हां दे सिविलियन कपड़िया विच जिहड़े लोग सन उह हरियाणा पुलिस दे ने कि पैरामिलिट्री फोर्सेस दे किहड़े बंदे ने जिहड़े उन्हां नू चुक के भी लै गए ने, किसे नू पता नहीं उत्थे बण की रहा। तो समुचे पंजाबी जगत नूं इक होके खलोना पएगा, सेंटर दी ये जिहड़ी ये पॉलिसी है इनू कंडेम करना पएगा। असी तोड़ तक लड़ाई जितों तक भी जाना होगा, क्योंकि वेखो दो चीज़ा ने, एज अ लीडर ऑफ अ पोलीटिकल पार्टी जिन्हिया किसान यूनियनज ने इन्हों मैं गलबात करता रहा, इन्होंने सारे ने यही गल की सी, असी नहीं चाहते जी कि पोलीटिकल मुदाखलत होए, तुसी कृपा करके बॉर्डर ते ना आओ। असी इस गल कर नहीं गए कि कल नू कोई सियासी पार्टिया दे या सियासी लीडर के खाते चढ़ दे कि इन्होंने आ काम करवा, बट अज जो पंजाब का हशर हो रहा या जो पंजाब का हशर होने जा रहा है या समुची किसानी का होने जा रहा है, तो असी कोई म्यूट स्पैक्टेटर नहीं बन के रहा सर। वी विल हैव टू फाइट एज वन। और मेरी अपील है समुचे पंजाब ने अपने बिल्कुल मतभेद भुलते हुए अपनी जात तो उत्ते उठ के पात तो उत्ते उठ के वी हैव टू स्टैंड एज वन अगेंस्ट दिस गवर्नमेंट। सेंट्रल गवर्नमेंट ने जो कुछ किया ये बहुत माड़ी गल की है। तो भगवंत मान को यह भी मैं गल कहूँगा, भगवंत मान जी जिन्हें बंदे फटड़ ने उन्होंने सारे का इंडिविजुअल केसिस दर्ज होने चाहिए ने, भावें इस टाइम तक भावें अनपछात्या करो, क्योंकि अखीर इन्वेस्टिगेट करोगे तो बंद ना आएंगे। उन्नी देर वास्ते दफा 100-302 अधीन इंडियन IPC दे विच जिहड़ा अनिल विज है होम मिनिस्टर है हरियाणे का, उहदे ते केस दर्ज किया जी। एंड द कांग्रेस विल ऑलसो नॉक एट द डोर्स ऑफ द टॉप कोर्ट्स। मैं खुद हाई कोर्ट दे विच जल्दी मैं अज वकील साहब अपने नाल गल भी कर ली है, अज रात पहुँच के मैं उन्होंने गल भी कर रहा, वी विल गो इन टू रिट इन द हाई कोर्ट कि बकायदा तौर जी है जुडिशियल इनकुआरी की जाए एट द हाईएसट लैवल, किहड़े बंदे ने गोली चलाने वाले उन्होंने ऑर्डर किने किया जी, ये कतल होया बंदे फटड़ हुए ने इहदी रिसपोंसिबिलिटी किहदी, जिहड़ा माली नुकसान होया किसे टायर पाड़ दिते इंजन खराब कर दिते गए वह तो चलो एक छोटी गल, बट जो हशर है ये मैं समुचे हिंदुस्तान नू ते डेमोक्रेसी नू पसंद करने वाले लोगों नू ये गल कहांगा, वी विल ऑल हैव टू स्टैंड अप अगेंस्ट द ड्रकोनियन लॉज एंड पॉलिसीज ऑफ द सेंट्रल गवर्नमेंट। विधानसभा का सैशन शुरू होना है जी, ओदे विच ये गल जिहड़ी है रखी जाऊगी, जिस तरह रखी नहीं जाएगी, निरी रखी नहीं जाएगी, निरी रखी नहीं जाएगी। असीं गवर्नमेंट जिहड़ी है पंजाब दी उहनू बिल्कुल कटहरे च खड़े करांगे। ये पुछांगे कि 7 दिन लगातार ये काम हुंदा रहा तो मान साहब तुसीं करदे की रहे हो, तुसीं निरे विचोले बन के फिरदे रहे हो, तुहानूं अजे तुहाडे खून खोलिया नहीं जो पंजाबियां नाल हो रहा। तुसीं सेंटर रिप्रेजेंटेटिव बन के तुसीं ये सोचा कि शायद तुहाडी सेंटर नाल गल रहेगी तो तुहाडा काम है टप जाएगा, ऐं किस तरह टपना सी। सो ये गल सारी लगातार ये जिहड़ा सैशन है ये स्टॉमी सैशन होएगा, ये गवर्नमेंट नू कटहरे च खड़ा करांगे, भगवंत मान नू हर कीमत जिहड़ी जो भी पंजाबियों ने होया ही विल हैव टू आंसर फॉर एव वट एवर इज हैपन्ड इन पंजाब। ये मैं समुचे पंजाब नू इस गल दा यकीन दूं। बाजवा साहब एक सवाल आ, पंजाब दे मुख्यमंत्री ये कहंदे नजर आए कि असीं एक पुल दा काम कर रहे हैं, एक लॉयर दा काम कर रहे हैं, वकील बन के असीं विचर रहे हैं किसानां ते सरकार दे विच। असीं ये गल कह रहे हैं वकील भी दो किस्म दे हुंदे ने, एक होंगे जेडे दूजी पार्टी नाल मिल के तुहाडा केस भी कमजोर कर देंदे। भगवंत मान जी ने रोल वो किया जेडे रलेवे वाले वकील होंगे, जे तो पंजाब का पक्ष चंगे ढंग ना रख दे, किसानों का पक्ष सुचजे ढंग ना रख दे, उन्होंने मिनिस्टरों नू इस गल ते मजबूर कर देंदे कि जो किसानों दीयां डिमांड्स ने वो मीट कीतियां जांदियां पूरियां कीतियां जांदियां, ते असीं कहिंदे कि भगवंत मान एक चंगा वकील, तो जे रल के साडा अपना चंगा भला केस भी कमजोर करके सारे पंजाब का नुकसान करा दिता है, इसकी डायरेक्ट रिस्पोंसिबिलिटी भगवंत मान ते है जी। शुक्रिया।